ਹਾਂਜੀ ਵੀਰੋ, ਕਿਵੇਂ ਚੱਲਦਾ ਜੀਰੀ ਦਾ ਕੰਮ ਕਾਰ? ਲੱਗ ਗਿਆ ਝੋਨਾ ਝੁੰਨਾ ਕੇ ਨਾਲ ਲੇਬਰਾਂ ਮਿਲ ਗਈਆਂ। ਇੱਧਰ ਦਾ ਬਾਈ ਬੁਰਾ ਹਾਲ ਹੋਇਆ ਪਿਆ। ਪੂਰੇ 6 ਕਿੱਲੇ ਤਿਆਰ ਕਰੇ ਪਏ ਨੇ ਲੇਬਰ ਵਾਲਿਆਂ ਦੇ, ਲੱਗਦੇ ਨਹੀਂ ਹੈਗੇ। ਇਹਦੇ ਸਰਦਾਰ ਜਿਤਨਾ ਲੱਗਦਾ ਨਹੀਂ ਹੈ। ਤੁਹਾਡੇ ਵੱਲ ਕਿਵੇਂ ਜੇ ਗਏ ਬਾਈ? ਕਹਿੰਦੀ ਲੇਬਰ ਲੂਬਰ ਹੈਗੀ ਆ, ਭੇਜ ਦਿਓ ਯਾਰ। ਇੱਕ ਤਾਂ ਜੱਟਾਂ ਦਾ ਬੁਰਾ ਹਾਲ ਹੋਇਆ ਪਿਆ। ਹਲੇ 35 ਕਿੱਲੇ ਹੋਰ ਖੜੇ ਨੇ ਲਾਉਣ 'ਤੇ। ਆਹ ਦੇਖ ਲਓ, ਹੁਣ ਤਾਂ ਲਾਈਟ ਵੀ ਇੰਨੀ ਦੇ ਰਹੇ ਨੇ, ਮੋਟਰਾਂ ਬੰਦ ਕਰ ਰੱਖੀਆਂ ਨੇ। ਕੱਦੂ ਵਾਲਾ ਕੰਮ ਚੱਲੀ ਜਾਂਦਾ ਇੱਧਰ, ਡਾਕਰ ਜ਼ਮੀਨ ਆ ਵੀਰੇ। ਚਾਹੇ 15 ਦਿਨ ਕੱਦੂ ਪਿਆ ਰਹੇ, ਦਵਾਈ ਪਾ ਕੇ ਘੇਰਾ ਬੰਦਾ ਪਰਾਂ ਹੋ ਜਾਵੇ, ਮੁੜ ਕੇ ਲੋੜ ਹੀ ਨਹੀਂ ਹੈਗੀ। ਚਾਹੇ 15 ਦਿਨ ਅਸੀਂ ਵੀਰੇ, ਤਜਰਬਾ ਸਾਡਾ 15 ਦਿਨ ਅਸੀਂ ਉਹਦੇ ਬਿਨਾਂ ਉਹਦੇ ਤੋਂ ਲਾ ਕੇ ਰੱਖਿਆ। ਜੀਰੀ ਲਾਈ ਨਹੀਂ, ਇਕੱਲੀ ਦਵਾਈ ਪਾਤੀ ਤੀ, ਕਬਾੜ ਵਾਲੀ ਵੀ, ਕਬਾੜ ਨਾ ਹੋਵੇ। ਉਹਦੇ ਕਰਕੇ 15 ਦਿਨ ਅਸੀਂ ਐਂ ਰੱਖ ਲਿਆ ਸੀਗਾ ਕੱਦੂ ਤਿਆਰ ਕਰਕੇ, ਕਿਉਂ ਪਿਛਲੇ ਸਾਡੇ ਲੋਕਡਾਊਨ ਦੀ ਗੱਲ ਆ। ਹਾਂ, ਜਦੋਂ ਲੋਕਡਾਊਨ ਚੱਲਦਾ ਸੀਗਾ ਉਦੋਂ ਅਸੀਂ ਐਂ ਬਿਨਾਂ ਕੱਦੂ ਕਰਕੇ ਰੱਖ ਲਿਆ। ਇੱਥੇ ਵੀਰੇ ਕੈੜਾ ਨਹੀਂ ਹੁੰਦਾ ਹੈਗਾ ਡਾਕਰ ਜ਼ਮੀਨ 'ਚ, ਰੇਤਲੀ 'ਚ ਤਾਂ ਸਾਗਾ ਵੀ ਨਹੀਂ ਬਚਦਾ, ਜੇ ਸਾਗਾ ਮਾਰਦਾ ਤਾਂ ਕੈੜਾ ਹੋ ਜਾਂਦਾ ਨਾਲ ਦੀ ਨਾਲ। ਉਹਦੇ ਕਰਕੇ ਹੁਣ ਕੱਦੂ ਤਿਆਰ ਆ, ਉਹ ਲਾ ਰਹੇ ਨੇ ਤੁਹਾਡੇ ਸਾਹਮਣੇ ਬਈਏ। ਆਪਣੇ ਕੋਲ 14 ਬਈਏ ਨੇ, ਦਿਹਾੜੀ 'ਚ ਮਸਾਂ ਜ਼ੋਰ ਲਾ ਕੇ 3 ਕਿੱਲੇ ਲਾਉਂਦੇ ਨੇ, 2.5 ਕਿੱਲੇ। ਜੇ ਕਿਸੇ ਮੇਰੇ ਵੀਰ ਕੋਲ ਲੇਬਰ ਹੈਗੀ ਆ ਤਾਂ ਭੇਜ ਦਿਓ, ਬਾਕੀ ਅਗਲੇ ਬਲੌਗ 'ਚ ਦੱਸਾਂਗੇ ਕਿਵੇਂ ਸਾਰੇ ਬੰਦਿਆਂ ਨਾਲ ਮੁਲਾਕਾਤ ਕਰਾਂਗੇ।